ਤੁਹਾਡੇ ਸਨਮੁਖ ਪੇਸ਼ ਹੈ ਸਰਦਾਰ ਨਵਤੇਜ ਸਿੰਘ ਦੀ ਲਿਖੀ ਹੋਈ ਕਹਾਣੀ ਦੂਜੀ ਵਾਰ ਜੇਬ ਕੱਟੀ ਗਈ। ਰਾਹ ਵਿੱਚ ਰੁਕਣਾ ਮੈਂ ਕਈ ਥਾਈਂ ਏ ਅਤੇ ਕਾਲ ਵੀ ਬੜੀ ਏ, ਸੋ ਰਿਕਸ਼ਾ ਡਾਕ ਵਾਂਗ ਦੱਬੀ ਚੱਲ। ਸ਼੍ਰੀ ਧਰਮਵੀਰ ਨੇ ਕਿੰਨਾ ਸਾਰਾ ਨਿੱਕ ਸੁੱਕ ਸੀਟ ਉੱਤੇ ਟਿਕਾਉਂਦਿਆਂ ਰਿਕਸ਼ਾ ਵਾਲੇ ਨੂੰ ਕਿਹਾ, ਹਾਂ ਤਾਂ ਪਿੱਛੋਂ ਰੇੜਕਾ ਨਾ ਪਾ ਬਈ, ਇਹ ਵੇਖ ਲੈ ਮੇਰੀ ਘੜੀ, ਪੂਰੇ 2 ਵਜੇ ਨੇ, ਘੰਟੇ ਦੇ ਹਿਸਾਬ ਮੈਂ ਪੈਸੇ ਦੇਣੇ ਆ। ਅਤੇ ਉਹ ਰਿਕਸ਼ਾ ਵਿੱਚ ਬਹਿ ਚੁੱਕੇ ਸਨ। ਜਿਵੇਂ ਤੁਹਾਡੀ ਖੁਸ਼ੀ, ਜੋ ਮੇਰਾ ਹੱਕ ਬਣਦਾ ਹੈ, ਤੁਸਾਂ ਕੋਈ ਮਾਰ ਥੋੜ੍ਹਾ ਲੈਣਾ ਹੈ। ਅਤੇ ਰਿਕਸ਼ਾ ਵਾਲੇ ਨੇ ਪੈਡਲ ਦੱਬ ਦਿੱਤਾ। ਫਿਰ ਵੀ ਪਹਿਲਾਂ ਗੱਲ ਖੋਲ੍ਹ ਲੈਣੀ ਚੰਗੀ ਹੁੰਦੀ ਹੈ। ਕਈ ਕਈ ਰਿਕਸ਼ੇ ਵਾਲੇ ਤਾਂ ਬੜੇ ਨਾ ਮੁਰਾਦ ਹੁੰਦੇ ਨੇ, ਲਹਿੰਜ ਬਣ ਕੇ ਚੰਬੜਦੇ ਨੇ। ਹਾਂ ਰਤਾ ਛੇਤੀ ਪੈਰ ਮਾਰ ਵੱਡੇ ਬਾਜ਼ਾਰ ਵਿੱਚੋਂ ਕੋਤਵਾਲੀ ਵੱਲੋਂ। ਅਤੇ ਧਰਮਵੀਰ ਅੱਜ ਸ਼ਾਮੀ ਹੋਣ ਵਾਲੀ ਪਾਰਟੀ ਬਾਰੇ ਸੋਚਣ ਲੱਗ ਪਏ, ਆਪਣੇ ਰਾਜੇ ਬੇਟੇ ਦੇ ਜਨਮਦਿਨ ਦੀ ਪਾਰਟੀ ਬਾਰੇ। ਮਠਿਆਈ ਤਾਂ ਘਰ ਲੱਗੇ ਹਲਵਾਈ ਬਣਾ ਹੀ ਲੈਣਗੇ, ਮੋਤੀ ਹਲਵਾਈ ਦੇ ਮਸ਼ਹੂਰ ਦਾਲ ਮੋਠ ਜਿੰਨੇ ਹੁਣੇ ਤਲਵਾਏ ਸਨ ਕਾਫੀ ਹੋ ਜਾਣਗੇ। ਕੋਈ ਇੱਕ ਚੀਜ਼ ਥੋੜ੍ਹੀ ਹੋਣੀ ਹੈ, ਨਾਲੇ ਸਭ ਨਾਲ ਕੋਈ ਲੂਣ ਹੀ ਪੱਕਣਾ ਹੈ। ਹਾਂ ਸ਼ਾਇਦ ਕਰਨਲ ਸਾਹਿਬ ਅਤੇ ਉਹਨਾਂ ਦੀ ਮੇਮ ਆ ਜਾਏ, ਉਹਨਾਂ ਨੂੰ ਦੇਸੀ ਮਠਿਆਈ ਨਹੀਂ ਜਚਣੀ। ਜਨਮਦਿਨ ਦੇ ਕੇਕ ਨਾਲ ਕੁਝ ਪੇਸਟਰੀ ਵੀ ਲੈ ਚੱਲਾਂ, ਫਲ ਤਾਂ ਲੈਣੇ ਹੀ ਨੇ ਅਤੇ ਰਾਜਾ ਬੇਟੀ ਲਈ ਕੁਝ ਖਿਡੌਣੇ ਵੀ। ਸੱਚ ਉਹਨੇ ਕਿਹਾ ਸੀ ਉਹ ਕਾਪੀ ਵੀ ਲਿਆਉਣੀ ਜਿਸ ਦੇ ਉੱਤੇ ਪਾਣੀ ਲਾਉਣ ਨਾਲ ਤਸਵੀਰਾਂ ਵਿੱਚ ਰੰਗ ਉੱਭਰ ਆਉਂਦੇ ਨੇ, ਅਤੇ ਕਰੀਮ ਰੋਲ ਜ਼ਰੂਰ। ਕਿਵੇਂ ਪਿਆਰੀ ਤਰ੍ਹਾਂ ਕਹਿੰਦਾ ਸੀ ਰਾਜਾ ਬੇਟਾ, ਕੀਮ ਲੋਲ ਕੀਮ ਲੋਲ। ਬਾਬੂ ਜੀ ਤੁਹਾਨੂੰ ਤਾਂ ਪਤਾ ਹੋਣਾ ਹੈ, ਜੇ ਸਕੂਲੇ ਫੀਸ ਤਰੀਕ ਸਿਰ ਨਾ ਤਾਰੀਏ ਤਾਂ ਫਿਰ ਪੜ੍ਹਨ ਵਾਲੇ ਮੁੰਡੇ ਦਾ ਕਿਤੇ ਨਾਵਾਂ ਤਾਂ ਨਹੀਂ ਕੱਟਿਆ ਜਾਂਦਾ, ਰਿਕਸ਼ੇ ਵਾਲਾ ਫਿਕਰ ਨਾਲ ਧਰਮਵੀਰ ਨੂੰ ਪੁੱਛ ਰਿਹਾ ਸੀ। ਸ਼੍ਰੀ ਧਰਮਵੀਰ ਨੂੰ ਅਜਿਹੀ ਗੁੰਝਲ ਕਦੇ ਪੇਸ਼ ਨਹੀਂ ਸੀ ਆਈ, ਪਰ ਉਹਨਾਂ ਅਟੇ ਸਟੇ ਕਹਿ ਦਿੱਤਾ, ਨਹੀਂ ਨਾਵਾਂ ਕਿੱਥੇ ਕੱਟਦੇ ਹੋਣੇ ਨੇ, ਜ਼ੁਰਮਾਨਾ ਜ਼ੁਰਮੂਨਾ ਕਰ ਛੱਡਦੇ ਹੋਣਗੇ। ਅੱਜ 9ਵੇਂ ਕਿ 10 ਅੰਗਰੇਜ਼ੀ ਦੀ 10। ਅਤੇ ਧਰਮਵੀਰ ਨੂੰ ਹੁਲਾਰਾ ਜਿਹਾ ਆਇਆ, ਕਿੱਡਾ ਭਾਗਾਂ ਵਾਲਾ ਦਿਹਾੜਾ ਸੀ ਅੱਜ ਰਾਜਾ ਬੇਟੇ ਦਾ, ਵਰੇ ਵਰੇ ਦਾ ਦਿਨ। 10 ਰਿਕਸ਼ਾ ਵਾਲੇ ਨੂੰ ਭਾਵੇਂ ਪਤਾ ਸੀ, ਪਰ ਉਹ ਭੁਲੇਖੇ ਦਾ ਸਹਾਰਾ ਲੈਣਾ ਚਾਹੁੰਦਾ ਸੀ, 9 ਜਾਂ 10। ਪਰ ਹੁਣ ਤਾਂ ਸਾਫ਼ ਹੋ ਗਿਆ ਸੀ 10 ਤਰੀਕ ਸੀ ਅੱਜ ਉਹਦੇ ਵੱਡੇ ਪੁੱਤਰ ਰੋਲਦੋ ਦੀ ਫੀਸ ਤਾਰਨ ਦੀ ਅਖੀਰਲੀ ਤਰੀਕ। ਬੜਾ ਹੀ ਨੈਸ਼ ਦਿਨ ਚੜ੍ਹਿਆ ਹੈ ਅੱਜ, ਮੁੰਡੇ ਦੀ ਫੀਸ ਤਾਰਨੀ ਸੀ, ਸਨਾਤਨ ਸਕੂਲੇ ਪੜ੍ਹਦਾ ਹੈ, 2 ਰੁਪਏ ਕੱਲ੍ਹ ਦੀ ਕਮਾਈ 'ਚੋਂ ਜੋੜੇ ਸਨ, ਸੋਚਿਆ ਸੀ ਰੁਪਈਆ ਹੋਰ ਅੱਜ ਦੇ ਪਹਾੜੇ ਵਿੱਚੋਂ ਕੱਢ ਲਵਾਂਗਾ। ਅਤੇ ਜਦੋਂ ਸਕੂਲ ਵੱਲ ਦੀ ਕੋਈ ਸਵਾਰੀ ਮਿਲੀ ਤਾਂ ਪੂਰੇ 3 ਰੁਪਏ ਫੀਸ ਜਮ੍ਹਾਂ ਕਰਾ ਆਵਾਂਗਾ। ਪਰ ਅਜਿਹਾ ਨੈਸ਼ ਦਿਨ ਲੱਗਾ ਹੈ, ਰੁਪਈਆ ਹੋਰ ਜੋੜਨਾ ਤਾਂ ਇੱਕ ਪਾਸੇ, ਘਰੋਂ ਲਿਆਂਦੇ ਕੱਲ੍ਹ ਵਾਲੇ 2 ਵੀ ਜਾਂਦੇ ਬਣੇ ਨੇ। ਉਹ ਕਿਵੇਂ, ਕਿਸੇ ਜੇਬ ਕੱਟ ਲਈ? ਉਫ, ਇਹ ਤਾਂ ਬੜਾ ਮਾੜਾ ਹੋਇਆ। ਖੈਰ, ਜਿਹੜਾ ਤੇਰੀ ਅਜਿਹੀ ਹੱਕ ਹਲਾਲ ਦੀ ਕਮਾਈ ਤੇਰੇ ਪੁੱਤਰ ਦੇ ਮੂੰਹੋਂ ਖੋਹ ਕੇ ਲੈ ਗਿਆ, ਉਹਨੂੰ ਇਹ ਪਚਣੀ ਨਹੀਂ। ਪਰ ਬਾਊ ਜੀ, ਪੱਕਾ ਹੈ ਨਾ ਮੇਰੇ ਪੁੱਤ ਦਾ ਸਕੂਲ ਨੂੰ ਨਾਵਾਂ ਤਾਂ ਨਹੀਂ ਕੱਟ ਦੇਣਗੇ? ਰਿਕਸ਼ਾ ਵਾਲੇ ਨੇ ਆਸਰਾ ਲੱਭਦੀ ਆਵਾਜ਼ ਵਿੱਚ ਪੁੱਛਿਆ। ਨਹੀਂ, ਏਡਾ ਕੀ ਹਨੇਰੇ, ਸ਼੍ਰੀ ਧਰਮਵੀਰ ਨੇ ਤੱਕਿਆ ਉਦਾਸੀ ਦੀ ਰੌਂ ਕਰਕੇ, ਉਹ ਸੁਸਤ ਪੈਰ ਮਾਰਨ ਲੱਗ ਪਿਆ ਸੀ, ਇੰਝ ਦੇਰ ਹੋ ਸਕਣ ਦਾ ਡਰ ਸੀ। ਅਤੇ ਉਹਨਾਂ ਉਹਨੂੰ ਹੌਸਲਾ ਦਿੱਤਾ, ਲੈ ਇੰਝ ਫਿਕਰ ਲਾਇਆ ਕੰਮ ਚੱਲਦੇ ਨੇ, ਬੜਾ ਮਾੜਾ ਹੋਇਆ ਤੇਰੀ ਜੇਬ ਕੱਟੀ ਗਈ, ਪਰ ਆਖਰ ਕਿਹੜੀ ਆ ਗਈ, ਤੂੰ ਨਰੋਆ ਰਹਿ, ਪੈਸੇ ਤਾਂ ਐਵੇਂ ਹੱਥਾਂ ਦੀ ਮੈਲ ਹੁੰਦੇ ਨੇ, ਅੱਜ ਨਹੀਂ ਤਾਂ ਕੱਲ੍ਹ ਪੂਰੇ ਹੋ ਜਾਣਗੇ। ਹਾਂ ਜ਼ਰਾ ਜਲਦੀ, ਅਤੇ ਉਹ ਜਿਹੜੀ ਚੌਂਕ ਵਿੱਚ ਅੰਗਰੇਜ਼ੀ ਮਠਿਆਈ ਦੀ ਦੁਕਾਨ ਹੈ ਉੱਥੇ ਰੁਕੀ। ਚੌਂਕ ਵਿੱਚ ਪੁੱਜ ਕੇ ਸ਼੍ਰੀ ਧਰਮਵੀਰ ਦੁਕਾਨ ਅੰਦਰ ਚਲੇ ਗਏ। ਰਿਕਸ਼ਾ ਵਾਲਾ ਬਾਹਰ ਖੜੋਤਾ ਤੱਕਦਾ ਰਿਹਾ, ਦੁਕਾਨ ਦੀ ਸਜਾਵਟ ਵਿਆਹ ਵਾਲੇ ਘਰ ਨੂੰ ਮਾਤ ਪਾਉਂਦੀ ਪਈ ਸੀ, ਸ਼ੀਸ਼ੇ ਪਿੱਛੇ ਵੰਨ ਸੁਵੰਨੀਆਂ ਅਸਰਜ ਚੀਜ਼ਾਂ ਪਈਆਂ ਸਨ, ਮੂਰਤਾਂ ਸਨ, ਮਠਿਆਈਆਂ ਸਨ, ਕੋਈ ਥੋ ਸੀ? ਕੱਟੀ ਜੇਬ ਦੇ ਝੋਰੇ ਵਿੱਚ ਰਿਕਸ਼ਾ ਵਾਲੇ ਨੇ ਹੁਣ ਤੱਕ ਇੱਕ ਪਿਆਲੀ ਚਾਹ ਦੀ ਵੀ ਨਹੀਂ ਸੀ ਪੀਤੀ, ਬਸ ਘਰੋਂ ਹੀ ਜਿਹੜੀਆਂ ਸੁੱਕੀਆਂ ਰੋਟੀਆਂ ਨਿਘਾਰ ਕੇ ਆਇਆ ਸੀ, ਅੱਜ ਉਹਨਾਂ ਉੱਤੇ ਹੀ ਉਸਨੇ ਦਿਨ ਲੰਘਾਉਣਾ ਸੀ। ਪਰ ਸੰਗ ਸੁੱਕਦਾ ਜਾਂਦਾ ਸੀ, ਬਾਊ ਜੀ ਤਾਂ ਅੰਦਰ ਵਾਹਵਾ ਦੇਰ ਲਾ ਰਹੇ ਸਨ, ਚੰਗਾ ਚੌਖਾ ਖਰੀਦਣਾ ਹੋਣਾ। ਉਹਨੇ ਸੋਚਿਆ ਚੱਲ ਕੇ ਸਾਹਮਣੇ ਛਬੀਲ ਤੋਂ ਠੰਡਾ ਪਾਣੀ ਹੀ ਪੀ ਆਏ। ਛਬੀਲੋਂ ਪਰਤਿਆ ਤਾਂ ਸ਼੍ਰੀ ਧਰਮਵੀਰ
ਡੱਬੇ ਆਪਣੇ ਪੱਟਾਂ ਉੱਤੇ ਅਡੋਲ ਰੱਖੀ ਰਿਕਸ਼ਾ ਵਿੱਚ ਬੈਠੇ ਹੋਏ ਸਨ। ਉਹਰਾ ਤਾਂ ਖਰਵੇਂ ਜਿਹਾ ਬੋਲੇ, ਘੰਟੇ ਦੇ ਹਿਸਾਬ ਰਿਕਸ਼ਾ ਕਰਨ ਦਾ ਇਹ ਮਤਲਬ ਨਹੀਂ ਕਿ ਤੂੰ ਆਪਣੀ ਮਰਜ਼ੀ ਨਾਲ ਖਿਸਕ ਜਾਏ ਅਤੇ ਵਕਤ ਵੱਧਦਾ ਜਾਏ। ਮੈਂ ਤਾਂ ਐਵੇਂ ਬਿੰਦ ਦੀ ਬਿੰਦ ਘੁੱਟ ਪਾਣੀ ਪੀਣ ਗਿਆ ਸਾਂ। ਮੈਨੂੰ ਬੜੀ ਕਾਹਲ ਏ ਬੰਦਿਆਂ ਵਾਂਗ ਪੈਰ ਪੁੱਟ। ਅਤੇ ਫਿਰ ਖਿਡੌਣਿਆਂ ਦੀ ਇੱਕ ਵੱਡੀ ਸਾਰੀ ਦੁਕਾਨ ਸਾਹਮਣੇ ਉਹਨਾਂ ਰਿਕਸ਼ਾ ਰੁਕਵਾ ਲਈ। ਇਹ ਦੁਕਾਨ ਸੀ ਕਿ ਪਰੀਆਂ ਦਾ ਮਹੱਲ। ਰਿਕਸ਼ਾ ਵਾਲੇ ਦੇ ਰੁੜਦੂ ਤੋਂ ਛੋਟੇ ਦੋ ਹੋਰ ਬੱਚੇ ਵੀ ਸਨ, ਭੋਲੂ ਅਤੇ ਛਿੰਦੂ। ਕਦੇ ਕਦਾਈਂ ਦਿਨ ਦਿਹਾਰ ਨੂੰ ਉਹ ਉਹਨਾਂ ਲਈ ਕੋਈ ਬਾਜੀ ਮੁੱਲ ਲਿਆਉਂਦਾ ਹੁੰਦਾ ਸੀ, ਪਰ ਜਿਸ ਹੱਟੀਓਂ ਉਹ ਇਹ ਬਾਜ਼ੀਆਂ ਬੜੇ ਸ਼ਮਾਈ ਲੈਂਦਾ ਸੀ, ਉੱਥੇ ਹਰ ਵਾਰੀ ਇੱਕੋ ਜਿਹੀਆਂ ਹੀ ਥੋੜ੍ਹੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਸਨ, ਅਤੇ ਉਹ ਵੀ ਮੂਲੋਂ ਉਸੇ ਤਰ੍ਹਾਂ ਦੀਆਂ ਜਿਹੋ ਜਿਹੀਆਂ ਉਹਨੂੰ ਬਚਪਨ ਵਿੱਚ ਖੇਡਣ ਨੂੰ ਮਿਲਦੀਆਂ ਸਨ। ਅਤੇ ਇੱਥੇ ਉਹਦੇ ਸਾਹਮਣੇ ਅਲੋਕਾਰ ਖਿਡੌਣੇ ਪਏ ਸਨ, ਅਤੇ ਉਹ ਭੋਲੂ ਛਿੰਦੂ ਦੀਆਂ ਅੱਖਾਂ ਨਾਲ ਸਭ ਕੁਝ ਵੇਖਦਾ ਰਿਹਾ। ਮੋਟਰਾਂ ਰਿੜ ਰਹੀਆਂ ਸਨ, ਸੱਚੀ ਮੁੱਚੀ ਦੀਆਂ ਮੋਟਰਾਂ ਵਾਂਗ ਹੂਕਰ ਮਚਾਉਂਦੀਆਂ, ਅਤੇ ਇਹਨਾਂ ਦੀਆਂ ਬੱਤੀਆਂ ਬਲਦੀਆਂ ਸਨ। ਹੋਰਨ ਦੀ ਥਾਂ ਬੜਾ ਸੋਹਣਾ ਰਾਗ ਵੱਜਦਾ ਸੀ। ਨਿੱਕੀਆਂ ਨਿੱਕੀਆਂ ਪਟੜੀਆਂ ਉੱਤੇ ਰੇਲਾਂ ਚੱਲ ਰਹੀਆਂ ਸਨ, ਇੰਜਣ ਫੂਕ ਮਾਰਦਾ ਸੀ। ਬੜੀਆਂ ਸੋਹਣੀਆਂ ਤੀਵੀਆਂ ਰੰਗ ਬਿਰੰਗੀਆਂ ਛਤਰੀਆਂ ਲੈ ਕੇ ਨੱਚ ਰਹੀਆਂ ਸਨ, ਅਤੇ ਇੱਕ ਫੁੱਲ ਚਾਬੀ ਲਾਇਆਂ ਖਿੜ ਪੈਂਦਾ ਸੀ, ਅਤੇ ਉੱਤੇ ਚਿੱਤਰ ਮਿੱਤਰੀ ਤਿੱਤਲੀ ਆਪਣੇ ਖੰਭ ਫੜਫੜਾਉਂਦੀ ਸੀ। ਹੁਣ ਉਹ ਸਿਰਫ ਭੋਲੂ ਛਿੰਦੋ ਦੀਆਂ ਅੱਖਾਂ ਨਾਲ ਨਹੀਂ ਸੀ ਤੱਕ ਰਿਹਾ, ਉਹ ਆਪ ਉਹਨਾਂ ਚਿੱਟਾ ਹੋ ਗਿਆ ਸੀ, ਅਤੇ ਇਸ ਪਰੀ ਮਹੱਲ ਦੀ ਛਾਤੀ ਉਸ ਫੁੱਲ ਵਾਂਗ ਖਿੜੀ ਹੋਈ ਸੀ, ਅਤੇ ਆਪ ਉਸ ਤਿੱਤਲੀ ਵਾਂਗ ਫੜਫੜਾ ਰਿਹਾ ਸੀ। ਫੁੱਲ, ਤਿੱਤਲੀ ਅਤੇ ਇੱਕ ਖਿਡੌਣਾ ਉਹਦੀਆਂ ਅੱਖਾਂ ਨਾਲ ਟਕਰਾਇਆ। ਇੱਕ ਰਿਕਸ਼ਾ ਸੀ, ਸਾਈਕਲ ਵਾਲੀ ਨਹੀਂ, ਦੂਜੀ। ਵਿੱਚ ਇੱਕ ਮੋਟਾ ਜਿਹਾ ਬੰਦਾ ਡਟਿਆ ਸੀ, ਅੱਗੇ ਮਾੜਾ ਜਿਹਾ ਇੱਕ ਆਦਮੀ ਜੁਪਿਆ ਸੀ। ਆਦਮੀ ਨੂੰ ਚਾਬੀ ਲੱਗਦੀ, ਫੁੱਲ ਹਾਲੀ ਵੀ ਖਿੜਿਆ ਹੋਇਆ ਸੀ, ਤਿੱਤਲੀ ਉਸੇ ਤਰ੍ਹਾਂ ਫੜਫੜਾ ਰਹੀ ਸੀ। ਰਿਕਸ਼ਾ ਵਾਲੇ, ਤੂੰ ਚੰਗਾ ਕੰਮ ਫੜਿਆ, ਜਿੱਥੇ ਗਿਆ ਲਸੂੜੇ ਦੀ ਗਿੱਟ ਕਵਾਂ ਗਲੈਸ, ਇਹ ਰੱਖ ਰਿਕਸ਼ੇ ਵਿੱਚ, ਧਿਆਨ ਕਰੀ ਮਤਾ ਟੁੱਟ ਨਾ ਜਾਏ, ਬੜੀ ਨਾਜ਼ੁਕ ਸ਼ੈ ਹੈ। ਰਿਕਸ਼ਾ ਵਾਲੇ ਨੇ ਉਚੇਚੀ ਅਹਤਿਆਤ ਨਾਲ ਵੱਡਾ ਡੱਬਾ ਫੜ ਲਿਆ। ਡੱਬਾ ਹਿੱਲਿਆ, ਕੁਝ ਰਾਗ ਜਿਹੇ ਦੀ ਟੁਣਕਾਰ ਹੋਈ, ਫਿਰ ਚੁੱਪ। ਭੋਲੂ ਛਿੰਦੋ ਉਹਦੇ ਮੂੰਹੋਂ ਬੇਵਾਸੀ ਨਿਕਲ ਗਿਆ। ਉਹਨੇ ਸ਼ਰਮਾ ਕੇ ਇੱਧਰ ਉੱਧਰ ਤੱਕਿਆ, ਪਰ ਸ਼ੁਕਰ ਸੀ ਕਿਸੇ ਦੇ ਕੰਨੀ ਨਹੀਂ ਸੀ ਪਿਆ। ਅਤੇ ਫਿਰ ਸ਼੍ਰੀ ਧਰਮਵੀਰ ਨੇ ਰਿਕਸ਼ਾ ਫਲਾਂ ਦੀ ਦੁਕਾਨ ਅੱਗੇ ਰੁਕਵਾਈ। ਫਲਾਂ ਦੀ ਦੁਕਾਨ ਉੱਤੇ ਰਿਕਸ਼ਾ ਲੱਦੀ ਗਈ, ਅਤੇ ਉੱਥੋਂ ਤੁਰਦਿਆਂ ਇਹ ਰਿਕਸ਼ਾ ਵਾਲੇ ਨੂੰ ਬੜੀ ਭਾਰੀ ਹੋ ਗਈ ਜਾਪੀ, ਕੁਝ ਇਸ ਕਰਕੇ ਅਤੇ ਕੁਝ ਭੀੜ ਵੱਧ ਜਾਣ ਨਾ ਕਰਕੇ ਚਾਲ ਮੱਠੀ ਹੋ ਗਈ ਸੀ। ਨੇੜੇ ਹੀ ਕਿਸੇ ਸਕੂਲ ਵਿੱਚ ਛੁੱਟੀ ਹੋਈ ਜਾਪਦੀ ਸੀ, ਅਤੇ ਬੱਸ 'ਤੇ ਲਟਕਾਈ ਮੁੰਡੇ ਕੁੜੀਆਂ ਲੰਘ ਰਹੇ ਸਨ। ਰਿਕਸ਼ਾ ਵਾਲੇ ਨੂੰ ਫਿਰ ਲੂਰੀ ਜੀ ਉੱਠੀ, ਰੋਲਦੂ ਦਾ ਨਾਮਾ ਮਤੇ ਸਕੂਲ ਨੂੰ ਕੱਟਿਆ ਨਾ ਜਾਏ। ਉਸਨੇ ਇਹ ਤੌਖਲਾ ਮਿਟਾਉਣ ਲਈ ਬਾਊ ਜੀ ਨਾਲ ਫਿਰ ਗੱਲ ਤੋਰਨੀ ਚਾਹੀ, ਪਰ ਐਤਕੀ ਉਹਨੂੰ ਹੀਆ ਨਾ ਪਿਆ। ਸ਼੍ਰੀ ਧਰਮਵੀਰ ਕੁਝ ਚਿੜੇ ਜਿਹੇ ਬੈਠੇ ਸਨ। ਉਹ ਸਮਝਦੇ ਸਨ, ਇੱਕ ਤਾਂ ਅੱਗੇ ਰਿਕਸ਼ਾ ਵਾਲਾ ਜਾਣ ਕੇ ਦੇਰ ਲਾਈ ਜਾ ਰਿਹਾ ਹੈ, ਅਤੇ ਉੱਤੇ ਇਹਨਾਂ ਸਕੂਲੀ ਬੱਚਿਆਂ ਦੀ ਧਾੜ ਨੇ ਸ਼ਾਮਤ ਲਿਆਂਦੀ ਸੀ। ਖਾਮ ਖਾ ਰਿਕਸ਼ਾ ਵਾਲੇ ਦਾ ਵਕਤ ਬਣਦਾ ਜਾ ਰਿਹਾ ਸੀ, ਅਤੇ ਘੰਟੇ ਦੇ ਹਿਸਾਬ ਕੁਨਾਫਾ ਹੀ ਕੁਨਾਫਾ ਰਹਿਣਾ ਸੀ। ਕੁਝ ਵਾਟ ਰਿਕਸ਼ਾ ਰਵਾਂ ਰਵੀ ਤੁਰੀ, ਅਤੇ ਫਿਰ ਇੱਕਦਮ ਰੁਕ ਗਈ। ਪਹਿਲਾਂ ਤਾਂ ਸ਼੍ਰੀ ਧਰਮਵੀਰ ਨੇ ਸੋਚਿਆ ਖੱਚਰ ਨੇ ਜਾਣ ਕੇ ਚੈਨ ਲਾ ਛੱਡੀ ਹੋਣੀ, ਪਰ ਝੱਟ ਹੀ ਉਹਨਾਂ ਨੂੰ ਸਾਹਮਣੇ ਰੇਲ ਦਾ ਫਾਟਕ ਬੰਦ ਨਜ਼ਰ ਆ ਗਿਆ। ਜਿੰਨੀ ਦੇਰ ਇਹਦੇ ਬੰਦ ਹੋਣ ਕਰਕੇ ਰਿਕਸ਼ਾ ਖੜੋਏਗੀ, ਉਨੀ ਦੇਰ ਲਈ ਵੀ ਪੈਸੇ ਉਹਨਾਂ ਨੂੰ ਹੀ ਦੇਣੇ ਪੈਣੇ ਸਨ। ਸ਼੍ਰੀ ਧਰਮਵੀਰ ਨੂੰ ਰਹਿ ਰਹਿ ਪਛਤਾਵਾ ਹੋ ਰਿਹਾ ਸੀ। ਐਵੇਂ ਘੰਟੇ ਦੇ ਹਿਸਾਬ ਕੀਤੀ, ਇਹਨਾਂ ਰਿਕਸ਼ੇ ਵਾਲਿਆਂ ਦਾ ਕਿਹੜਾ ਬੀ ਮਾਰਿਆ ਗਿਆ ਸੀ, ਹਰਲ ਹਰਲ ਪਏ ਕਰਦੇ ਹਨ, ਜਿੱਥੇ ਮਰਜ਼ੀ ਹੁੰਦੀ ਨਵੀਂ ਲੈ ਲੈਂਦਾ। ਸ਼੍ਰੀ ਧਰਮਵੀਰ ਨੇ ਘੜੀ ਵੱਲ ਤੱਕਿਆ, ਪੂਰੇ 15 ਮਿੰਟਾਂ ਮਗਰੋਂ ਫਾਟਕ ਖੁੱਲ੍ਹਿਆ ਸੀ। ਰਾਹ ਵਿੱਚ ਰਿਕਸ਼ਾ ਵਾਲੇ ਨੇ ਫਿਰ ਸਵੇਰ ਦੀ ਜੇਬ ਕੱਟੀ ਦਾ ਕਿੱਸਾ ਛੇੜਨਾ ਚਾਹਿਆ, ਪਰ ਅੱਗੋਂ ਧਰਮਵੀਰ ਨੇ ਹੁੰਗਾਰਾ ਨਾ ਭਰਿਆ। 2 ਘੰਟਿਆਂ ਤੋਂ ਕੁਝ ਵੱਧ ਵਕਤ ਹੋ ਚੁੱਕਿਆ ਸੀ ਰਿਕਸ਼ਾ ਲਿਆਂ, ਅਤੇ ਹਾਲੀ ਉਹਨਾਂ ਦੀ ਕੋਠੀ ਕਿੰਨੀ ਵਾਟ 'ਤੇ ਸੀ। ਜੇ ਕਿੱਸਾ ਛੱਡ ਪਿਆ ਤਾਂ ਰਿਕਸ਼ਾ ਵਾਲੇ ਦੀ ਰਫ਼ਤਾਰ ਫਿਰ ਮੱਠੀ ਪੈ ਜਾਣੀ ਸੀ। ਕੋਠੀ ਤੋਂ 100 ਗਜ਼ ਉਰਾਂ ਹੀ ਧਰਮਵੀਰ ਨੇ ਘੜੀ ਤੱਕੀ, 4:15 ਵੱਜਣ ਵਾਲੇ ਸਨ। 2 ਘੰਟਿਆਂ ਦਾ 1.5 ਰੁਪਇਆ, ਤਾਂ ਇਹਨਾਂ ਉਤਲੇ 15 ਮਿੰਟਾਂ ਦੇ ਵੀ ਉਹਨੇ 12 ਆਨੇ ਨਹੀਂ
ਤਾਂ 8 ਆਨੇ ਤਾਂ ਜ਼ਰੂਰ ਲੈ ਲੈਣੇ ਸਨ ਅਤੇ ਫਿਰ ਇਹਨਾਂ 12 ਆਨਿਆਂ ਨੂੰ 8 ਆਨਿਆਂ ਤੱਕ ਘਟਾਉਣ ਲਈ ਕਿੰਨੀ ਸਾਰੀ ਮਗਜ਼ਮਾਰੀ ਕਰਨੀ ਪੈਣੀ ਸੀ। ਕਈ ਰਿਕਸ਼ਾ ਵਾਲੇ ਤਾਂ ਬੜੇ ਨਾਮਰਾਦ ਹੁੰਦੇ ਹਨ, ਲਹਿੰਜ ਬਣ ਚੁੰਬੜਦੇ ਹਨ। ਨਾਲੇ ਇਹ 15 ਮਿੰਟ ਤਾਂ ਰੇਲ ਦੇ ਫਾਟਕ ਕਰਕੇ ਅਜਾਈ ਹੀ ਲੱਗ ਗਏ ਸਨ, ਕਿਸੇ ਦੇ ਫਾਇਦੇ ਵਿੱਚ ਥੋੜ੍ਹਾ ਸਨ। ਅਚੇਤ ਹੀ ਸ਼੍ਰੀ ਧਰਮਵੀਰ ਨੇ ਧਿਆਨ ਨਾਲ ਪੈਡਲ ਮਾਰਦੇ ਰਿਕਸ਼ੇ ਵਾਲੇ ਵੱਲ ਧੱਕਿਆ ਅਤੇ ਫਿਰ ਆਪਣੇ ਖੱਬੇ ਗੁੱਟ ਉਤਲੀ ਸੁਨਹਿਰੀ ਘੜੀ ਵੱਲ, ਅਤੇ ਉਹਨਾਂ ਨੇ ਉਛੋਪਲੇ ਹੀ ਆਪਣੀ ਘੜੀ 20 ਮਿੰਟ ਪਿੱਛੇ ਕਰ ਲਈ। ਆਪਣੀ ਕੋਠੀ ਦੇ ਬਾਹਰ ਬਾਹਰ ਹੀ ਰਿਕਸ਼ਾ ਉਹਨਾਂ ਰੁਕਵਾ ਲਈ, ਸ਼ਾਇਦ ਕੁਝ ਮਹਿਮਾਨ ਅਗੇਤਰੇ ਹੀ ਆ ਗਏ ਹੋਣ ਅਤੇ ਉਹਨਾਂ ਸਾਹਮਣੇ ਇੰਝ ਤੂੜੇ ਰਿਕਸ਼ੇ ਵਿੱਚ ਜਾਣਾ ਫੱਬਦਾ ਨਹੀਂ ਸੀ। ਜੇ ਟੈਕਸੀ ਨਹੀਂ ਤਾਂ ਘੱਟੋ ਘੱਟ ਉਹਨਾਂ ਦੀ ਹੈਸੀਅਤ ਮੁਜਬ ਟਾਂਗਾ ਤਾਂ ਜ਼ਰੂਰੀ ਸੀ। ਸੁਬਬ ਨਾਲ ਮੁੰਡੂ ਵੀ ਬਾਹਰ ਹੀ ਖਲੋਤਾ ਹੋਇਆ ਸੀ, ਉਹਨੇ ਸਾਰੇ ਨਗ ਲੁਹਾ ਲਏ। 4 ਵਜਣ ਵਿੱਚ ਹਾਲੀ 5 ਮਿੰਟ ਰਹਿੰਦੇ ਨੇ, ਸ਼੍ਰੀ ਧਰਮਵੀਰ ਨੇ ਰਿਕਸ਼ਾ ਵਾਲੇ ਨੂੰ ਘੜੀ ਬੁਕਾਉਂਦਿਆਂ ਕਿਹਾ। 2 ਵਜੇ ਤੈਨੂੰ ਕੀਤਾ ਸੀ, ਇਹ ਲੈ 2 ਘੰਟਿਆਂ ਦਾ 1.5 ਰੁਪਇਆ। ਲਓ ਬਾਊ ਜੀ, ਘੜੀ ਕਾਹਨੂੰ ਬੁਕਾਉਂਦੇ ਹੋ, ਤੁਸਾਂ ਮੇਰਾ ਹੱਕ ਥੋੜ੍ਹਾ ਮਾਰ ਲੈਣਾ ਹੈ, ਰਿਕਸ਼ਾ ਵਾਲੇ ਨੇ ਪੈਸੇ ਖਰੇ ਕਰਦਿਆਂ ਕਿਹਾ ਅਤੇ ਉਸਨੂੰ ਖਿਆਲ ਆਇਆ 1.5 ਰੁਪਇਆ ਜੇ ਕਿਤੇ ਸਵੇਰੇ ਕੋਈ ਮਰਨ ਜੋਗਾ ਜੇਬ ਨਾ ਕੱਟ ਜਾਂਦਾ ਤਾਂ ਹੁਣ ਤੱਕ ਰੋਡੂ ਦੀ ਫੀਸ ਜੋਗੇ ਪੈਸੇ ਪੂਰੇ ਹੋ ਜਾਣੇ ਸਨ।